ਨਸ਼ਾ ਕਰਦੇ ਆ ਜੀ। ਯਸ਼ਪਾਲ ਸਿੰਘ। ਕਿਸ ਤਰ੍ਹਾਂ ਨਸ਼ਾ ਕਰਦੇ ਹੋ? ਚਿੱਟੇ ਦਾ ਨਸ਼ਾ ਕਰਦੇ ਆ ਜੀ। ਤਿੰਨੋ ਚਾਰੋ? ਹਾਂਜੀ। ਕਿੰਨੀ ਲੁੱਟਾਂ ਕਰਵਾਉਂਦੇ ਰਹੀਆਂ ਹੁਣ ਤੱਕ? ਲੁੱਟਾਂ ਚਾਰ ਪੰਜ ਛੇ ਕੀਤੀਆਂ ਨੇ ਜੀ। ਕਿੱਥੇ ਕਿੱਥੇ ਕੀਤੀਆਂ? ਨਹਿਰ 'ਤੇ ਕੀਤੀਆਂ, ਜਿੰਨੀਆਂ ਕੀਤੀਆਂ। ਕੀ ਹੋਇਆ? ਮੋਬਾਈਲ ਖੋਏ ਨੇ ਜੀ। ਕਿੰਨੇ ਕੁ ਮੋਬਾਈਲ ਖੋਲੀ ਹੋਣਾ? ਮੋਬਾਈਲ ਖੋਲੇ ਨੇ ਜੀ 7-8। ਹਾਂਜੀ। ਹਾਂ, ਤੇਰਾ ਕੀ ਨਾਮ? ਕੁਲਦੀਪ ਸਿੰਘ ਜੀ। ਤੂੰ ਵੀ ਖੋਏ ਆ? ਬਸ ਜੀ, ਹਾਂਜੀ, ਇੱਕ ਦੋ ਇੱਕ ਖੋਇਆ ਬਸ ਇਹਨਾਂ ਨਾਲ ਹੀ। ਹਾਂਜੀ। ਕਿਉਂ ਕਰਦੇ ਇਹ ਕੰਮ? ਬਸ ਮੈਂ ਤਾਂ ਨਸ਼ੇ ਦੱਸਦੀ ਨਹੀਂ ਜੀ, ਬਸ ਇਹਨਾਂ ਨਾਲ ਲੱਗਿਆ ਗਲਤ। ਮੇਰਾ ਪਹਿਲਾ ਪਰਚੇ ਸੀਗੇ ਆਪਣੇ ਦੀ। ਸਮਾਣਾ ਸਿਟੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਕੁਛ 4 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਇਹਨਾਂ ਨੂੰ ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਹੈ। ਸਮਾਣਾ ਅਦਾਲਤ 'ਚ ਪੂਰਨ ਸਿੰਘ ਸਹਾਇਕ ਥਾਣੇਦਾਰ ਸਿਟੀ ਸਮਾਣਾ ਪੇਸ਼ ਕਰਨ ਆਏ ਹਾਂ। ਗੱਲਬਾਤ ਕਰਦੇ ਹਾਂ, ਕਿੱਥੇ ਕੀ ਵਾਰਦਾਤ ਕਰਨੀ ਸੀ, ਪਹਿਲਾਂ ਕੀ ਕੁਛ ਕੀਤਾ ਇਹਨਾਂ ਨੇ? ਹਾਂਜੀ, ਕਿਸ ਤਰ੍ਹਾਂ ਕਾਬੂ ਆਇਆ, ਕੀ ਇਨਫੋਰਮੇਸ਼ਨ? ਇਹ ਅਸੀਂ ਪਰਸੋਂ ਮੁਕਬਰੀ ਦੇ ਆਧਾਰ 'ਤੇ ਪਰਚਾ ਦਿੱਤਾ ਸੀ ਵੀ ਇਹ ਦੋਸ਼ੀ ਕੁਲਦੀਪ ਸਿੰਘ ਕੀਪਾ ਕੋਟਲਾ ਰਸੂ ਦਾ ਅਤੇ ਇੱਕ ਧਰਮਵੀਰ ਹੋਰ ਗੱਗੂ ਪੁੱਤਰ ਚਮਕੌਰ ਸਿੰਘ ਵਾਸੀ ਸਰਾਂਪਤੀ ਸਮਾਣਾ, ਇੱਕ ਰਸਪਾਰਵ ਸੋਨੂ ਪੁੱਤਰ ਮਹਿੰਦਰ ਵਾਸੀ ਅਜੀਤ ਨਗਰ ਕਮਾਸਪੁਰ ਸਮਾਣਾ, ਇੱਕ ਜਗਦੀਸ਼ ਸ਼ਰਮਾ ਉਰਫ ਦੀਪਾ ਵੀ ਇਹਨਾਂ ਦੇ ਨਾਲ ਹੈ। ਜੇ ਇਹਦੀ ਦੁਕਾਨ ਵੀ ਮੋਬਾਈਲਾਂ ਦੀ, ਕੱਪੜੇ ਸਮਾਨ ਸਮੂਨ ਵਗੈਰਾ ਲੈਂਦਾ ਇਹਨਾਂ ਤੋਂ। ਪਰਚਾ ਦੇ ਕੇ ਕੱਲ੍ਹ ਅਸੀਂ ਫਿਰ ਇਹਨਾਂ ਨੂੰ ਇੱਥੇ ਆ ਜਿਹੜੀ ਨਵਾਂ ਰੋਡ ਤੋਂ ਸੂਏ ਦੀ ਪੱਟੜੀ ਜਾਂਦੀ ਹੈ ਗੜੀ ਸਾਹਿਬ ਪੁੱਲ ਨੂੰ, ਅੱਗੇ ਸ਼ਕਤੀਵਾੜ ਦੇ ਨਾਲ ਇਹ ਝਾੜੀਆਂ 'ਚ ਉੱਥੇ ਤਿੰਨਾਂ ਨੂੰ ਚਾਰਾਂ ਨੂੰ ਅਸੀਂ ਸਮੇਤ ਹਥਿਆਰਾਂ ਦੇ ਮਾਰੂ ਰਵਾ ਕੀਤਾ। ਮਿਲੇ ਇਹਨਾਂ ਤੋਂ? ਇਹਨਾਂ ਤੋਂ ਏਅਰ ਪਿਸਟਲ ਮਿਲਿਆ, ਇੱਕ ਤੋਂ ਖਪਰਾ, ਇੱਕ ਤੋਂ ਆਪਣੀ ਖੰਡਾ, ਅਤੇ ਇੱਕ ਤੋਂ ਹੋਰ ਹੈ ਖਪਰਾ। ਕੋਈ ਮੋਟਰਸਾਈਕਲ ਮਿਲੇ? ਨਹੀਂ, ਮੋਟਰਸਾਈਕਲ ਨਹੀਂ ਮਿਲਿਆ ਜੀ। ਅਤੇ ਇਹ ਉੱਥੇ ਲੁੱਕ ਕੇ ਜਿਵੇਂ ਕੋਈ ਰਾਹਗੀਰ ਆਉਂਦੇ ਸੀ, ਆਉਂਦੇ ਜਾਂਦੇ ਜਾਂ ਕੋਈ ਕਿਸੇ ਨੂੰ ਪਤਾ ਨਹੀਂ ਸੀ, ਰਸਤੇ 'ਚ ਪੈ ਜਾਂਦੇ ਸੀ, ਤਾਂ ਉਹਨਾਂ ਨੂੰ ਸੱਟਾਂ ਵਗੈਰਾ ਮਾਰ ਕੇ ਮੋਬਾਈਲ ਵਗੈਰਾ ਖੋਲ ਦਿੰਦੇ ਸੀ, ਪੈਸੇ ਵਗੈਰਾ ਕੱਢ ਦਿੰਦੇ ਸੀ। ਅਤੇ ਹੁਣ ਅੱਗੇ ਅਸੀਂ ਇਹਨਾਂ ਦਾ ਅੱਜ ਹੁਣ ਕੋਰਟ 'ਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ। ਕਿੰਨਾ ਕੁ ਮੰਨੇ ਹੁਣ ਤੱਕ ਤੁਹਾਡੇ ਕੋਲ, ਕੀ ਕੁਛ ਕੀਤਾ ਇਹਨਾਂ ਨੇ? ਅਜੇ ਤੱਕ ਤਾਂ ਅਸੀਂ ਹੁਣ ਰਿਮਾਂਡ ਲੈ ਕੇ ਬੈਕਗ੍ਰਾਊਂਡ ਕੀ ਹੈ ਪਿਛਲੀ? ਬੈਕਗ੍ਰਾਊਂਡ ਇਹ ਕ੍ਰਿਮੀਕਲ ਹੀ ਹੈ, ਇਹਦੇ 'ਤੇ ਸਰਾਂਪਤੀ ਵਾਲੇ 'ਤੇ ਇੱਕ ਪਰਚਾ ਦਰਜ ਹੈ, ਕੀਪੇ 'ਤੇ ਵੀ ਹੈਗੇ ਪਰਚੇ। ਲੁੱਟ ਖੋ? ਹਾਂ, ਨਸ਼ਾ ਵਗੈਰਾ ਕਰਨ ਦੇ ਆਦੀ ਨੇ, ਖੋਹਾਂ ਖਾਵਾਂ ਕਰਕੇ ਫਿਰ ਇਹ ਆਪਣੀ ਉਹ ਕਰਦੇ ਨੇ। ਲੁੱਟਾਂ ਖੋਹਾਂ ਕਰਦੇ ਆ, ਕੀ ਨਸ਼ਾ ਕਰਦੇ ਆ ਜੀ? ਯਸ਼ਪਾਲ ਸਿੰਘ। ਕਿਸ ਤਰ੍ਹਾਂ ਨਸ਼ਾ ਕਰਦੇ ਹੋ? ਚਿੱਟੇ ਦਾ ਨਸ਼ਾ ਕਰਦੇ ਆ ਜੀ। ਤਿੰਨੋ ਚਾਰੋ? ਹਾਂਜੀ। ਕਿੰਨੀ ਲੁੱਟਾਂ ਕਰਵਾਉਂਦੇ ਰਹੀਆਂ ਹੁਣ ਤੱਕ? ਲੁੱਟਾਂ ਚਾਰ ਪੰਜ ਛੇ ਕੀਤੀਆਂ ਨੇ ਜੀ। ਕਿੱਥੇ ਕਿੱਥੇ ਕੀਤੀਆਂ? ਨਹਿਰ 'ਤੇ ਕੀਤੀਆਂ, ਜਿੰਨੀਆਂ ਕੀਤੀਆਂ। ਕੀ ਹੋਇਆ? ਮੋਬਾਈਲ ਖੋਏ ਨੇ ਜੀ। ਕਿੰਨੇ ਕੁ ਮੋਬਾਈਲ ਖੋਲੀ ਹੋਣਾ? ਮੋਬਾਈਲ ਖੋਲੇ ਨੇ ਜੀ 7-8 ਮੋਬਾਈਲ। ਹਾਂਜੀ। ਹਾਂ, ਤੇਰਾ ਕੀ ਨਾਮ? ਕੁਲਦੀਪ ਸਿੰਘ ਜੀ। ਤੂੰ ਵੀ ਖੋਏ ਆ? ਬਸ ਜੀ, ਹਾਂਜੀ, ਇੱਕ ਦੋ ਇੱਕ ਖੋਇਆ ਬਸ ਇਹਨਾਂ ਨਾਲ ਹੀ। ਹਾਂਜੀ। ਕਿਉਂ ਕਰਦੇ ਇਹ ਕੰਮ? ਬਸ ਮੈਂ ਤਾਂ ਨਸ਼ੇ ਦੱਸਦੀ ਨਹੀਂ ਜੀ, ਬਸ ਇਹਨਾਂ ਨਾਲ ਲੱਗਿਆ ਗਲਤ। ਮੇਰਾ ਪਹਿਲਾ ਪਰਚੇ ਸੀਗੇ ਆਪਣੇ ਦੀ। ਸਮਾਣਾ ਸਿਟੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਕੁਛ 4 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਇਹਨਾਂ ਨੂੰ ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਹੈ। ਸਮਾਣਾ ਅਦਾਲਤ 'ਚ ਪੂਰਨ ਸਿੰਘ ਸਹਾਇਕ ਥਾਣੇਦਾਰ ਸਿਟੀ ਸਮਾਣਾ ਪੇਸ਼ ਕਰਨ ਆਏ ਹਾਂ। ਗੱਲਬਾਤ ਕਰਦੇ ਹਾਂ, ਕਿੱਥੇ ਕੀ ਵਾਰਦਾਤ ਕਰਨੀ ਸੀ, ਪਹਿਲਾਂ ਕੀ ਕੁਛ ਕੀਤਾ ਇਹਨਾਂ ਨੇ? ਹਾਂਜੀ, ਕਿਸ ਤਰ੍ਹਾਂ ਕਾਬੂ ਆਇਆ, ਕੀ ਇਨਫੋਰਮੇਸ਼ਨ? ਇਹ ਅਸੀਂ ਪਰਸੋਂ ਮੁਕਬਰੀ ਦੇ ਆਧਾਰ 'ਤੇ ਪਰਚਾ ਦਿੱਤਾ ਸੀ ਵੀ ਇਹ ਦੋਸ਼ੀ ਕੁਲਦੀਪ ਸਿੰਘ ਕੀਪਾ ਕੋਟਲਾ ਰਸੂ ਦਾ ਅਤੇ ਇੱਕ ਧਰਮਵੀਰ ਹੋਰ ਗੱਗੂ ਪੁੱਤਰ ਚਮਕੌਰ ਸਿੰਘ ਵਾਸੀ ਸਰਾਂਪਤੀ ਸਮਾਣਾ, ਇੱਕ ਰਸਪਾਰਵ ਸੋਨੂ ਪੁੱਤਰ ਮਹਿੰਦਰ ਵਾਸੀ ਅਜੀਤ ਨਗਰ ਕਮਾਸਪੁਰ ਸਮਾਣਾ, ਇੱਕ ਜਗਦੀਸ਼ ਸ਼ਰਮਾ ਉਰਫ ਦੀਪਾ ਵੀ ਇਹਨਾਂ ਦੇ ਨਾਲ ਹੈ। ਜੇ ਇਹਦੀ ਦੁਕਾਨ ਵੀ ਮੋਬਾਈਲਾਂ ਦੀ, ਕੱਪੜੇ ਸਮਾਨ ਸਮੂਨ ਵਗੈਰਾ ਲੈਂਦਾ ਇਹਨਾਂ ਤੋਂ। ਪਰਚਾ ਦੇ ਕੇ ਕੱਲ੍ਹ ਅਸੀਂ ਫਿਰ ਇਹਨਾਂ ਨੂੰ ਇੱਥੇ ਆ ਜਿਹੜੀ ਨਵਾਂ ਰੋਡ ਤੋਂ ਸੂਏ ਦੀ ਪੱਟੜੀ ਜਾਂਦੀ ਹੈ ਗੜੀ ਸਾਹਿਬ ਪੁੱਲ ਨੂੰ, ਅੱਗੇ ਸ਼ਕਤੀਵਾੜ ਦੇ ਨਾਲ ਇਹ ਝਾੜੀਆਂ 'ਚ ਉੱਥੇ ਤਿੰਨਾਂ ਨੂੰ ਚਾਰਾਂ ਨੂੰ ਅਸੀਂ ਸਮੇਤ ਹਥਿਆਰਾਂ ਦੇ ਮਾਰੂ ਰਵਾ ਕੀਤਾ। ਮਿਲੇ ਇਹਨਾਂ ਤੋਂ? ਇਹਨਾਂ ਤੋਂ ਏਅਰ ਪਿਸਟਲ ਮਿਲਿਆ, ਇੱਕ ਤੋਂ ਖਪਰਾ, ਇੱਕ ਤੋਂ ਆਪਣੀ ਖੰਡਾ, ਅਤੇ ਇੱਕ ਤੋਂ ਹੋਰ ਹੈ ਖਪਰਾ। ਕੋਈ ਮੋਟਰਸਾਈਕਲ ਮਿਲੇ? ਨਹੀਂ, ਮੋਟਰਸਾਈਕਲ ਨਹੀਂ ਮਿਲਿਆ ਜੀ।
ਅਤੇ ਇਹ ਉੱਥੇ ਲੁੱਕ ਕੇ ਜਿਵੇਂ ਕੋਈ ਰਾਹਗੀਰ ਆਉਂਦੇ ਸੀ ਆਉਂਦੇ ਜਾਂਦੇ ਜਾਂ ਕੋਈ ਕਿਸੇ ਨੂੰ ਪਤਾ ਨਹੀਂ ਸੀ ਰਸਤੇ 'ਚ ਪੈ ਜਾਂਦੇ ਸੀ ਅਤੇ ਉਹਨਾਂ ਨੂੰ ਸੱਟਾਂ ਵਗੈਰਾ ਮਾਰ ਕੇ ਮੋਬਾਈਲ ਵਗੈਰਾ ਖੋਲ ਲੈਂਦੇ ਸੀ ਪੈਸੇ ਵਗੈਰਾ ਕੱਢ ਦਿੰਦੇ ਸੀ ਅਤੇ ਹੁਣ ਅੱਗੇ ਅਸੀਂ ਇਹਨਾਂ ਦਾ ਅੱਜ ਹੁਣ ਕੋਰਟ 'ਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਕਿੰਨਾ ਕੁ ਮੰਨੇ ਹੁਣ ਤੱਕ ਤੁਹਾਡੇ ਕੋਲ ਕੀ ਕੁਛ ਕੀਤਾ ਇਹਨਾਂ ਨੇ ਅਜੇ ਤੱਕ ਤਾਂ ਅਸੀਂ ਹੁਣ ਰਿਮਾਂਡ ਲੈ ਕੇ ਬੈਕਗਰਾਊਂਡ ਇਹ ਕ੍ਰਿਮੀਨਲ ਹੀ ਹੈ ਇਹਦੇ 'ਤੇ ਸਲਾਮਪੱਤੀ ਵਾਲੇ 'ਤੇ ਇੱਕ ਪਰਚਾ ਦਰਜ ਹੈ ਕੀਪੇ ਦੇ ਵੀ ਹੈਗੇ ਪਰਚੇ ਲੁੱਟ ਖੋਹ ਹਾਂ ਨਸ਼ਾ ਵਗੈਰਾ ਕਰਨ ਦੇ ਆਦੀ ਨੇ ਖੋਹਾਂ ਖਾਵਾਂ ਕਰਕੇ ਫਿਰ ਇਹ ਆਪਣੀ ਉਹ ਕਰਦੇ ਲੁੱਟਾਂ ਖੋਹਾਂ ਕਰਦੇ ਹੈ